ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਬੇਅੰਤ ਮਾਨ ਅੱਜ ਫਿਰ ਤੁਹਾਡੇ ਲਈ ਆਪਣੇ ਚੈਨਲ ਪੇਂਡੂ ਜ਼ਿਮੀਦਾਰ 'ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ। ਅੱਜ ਜਿਹੜਾ ਆਪਾਂ ਤੁਹਾਨੂੰ ਜਿਹੜੀ ਬਲੱਡ ਲਾਈਨ ਦਾ ਘੋੜਾ ਦਿਖਾਉਣਾ, ਇਸ ਬਲੱਡ ਲਾਈਨ ਦੇ ਵਿੱਚੋਂ ਬਹੁਤ ਸਾਰੇ ਚੰਗੇ ਨੁਕਰੇ ਘੋੜੇ ਇਹੋ ਜਿਹੇ ਪੈਦਾ ਹੋਏ ਆ ਜਿਨ੍ਹਾਂ ਨੇ ਸ਼ੋਆਂ ਦੇ ਵਿੱਚ ਮੱਲਾਂ ਮਾਰੀਆਂ ਨੇ। ਇਹ ਬਰੀਡ ਦੇ ਵਿੱਚ ਹੀ ਇਹੋ ਜਿਹੇ ਬੱਚੇ ਆਉਂਦੇ ਆ। ਇਹਨਾਂ ਦੇ ਵਿੱਚ ਕੁਆਲਿਟੀ ਇੱਦਾਂ ਦੀ ਆਉਂਦੀ ਆ ਵੀ ਜਿਸ ਕਿਸੇ ਵੀ ਸ਼ੋਅ ਦੇ ਵਿੱਚ ਇਸ ਬਲੱਡ ਲਾਈਨ ਦੇ ਬੱਚੇ ਜਾਂਦੇ ਆ ਤਾਂ ਫੁੱਲ ਬਣਾਏ ਬਿਨਾਂ ਕਦੇ ਵਾਪਸ ਨਹੀਂ ਮੁੜੇ। ਮੂਰਲੀਆਂ 3-4 ਪੁਜੀਸ਼ਨਾਂ ਦੇ ਉੱਤੇ ਸਟੈਂਡ ਕਰਦੇ ਰਹਿੰਦੇ ਆ। ਸੋ ਕਿਹੜਾ ਘੋੜਾ ਗਾ ਉਹ, ਅਤੇ ਨਾਲ ਬਾਈ ਆਪਣੇ ਭੁਪਿੰਦਰ ਭੁੱਲਰ ਜੀ ਬੈਠੇ ਆ ਪਿੰਡ ਭੁੱਲਰਾਂ ਤੋਂ, ਮੁਕਤਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ। ਇਹ ਤਕਰੀਬਨ ਮੁਕਤਸਰ ਤੋਂ 7-8 ਕਿਲੋਮੀਟਰ ਦੂਰ ਮੇਨ ਬਠਿੰਡਾ ਮੁਕਤਸਰ ਰੋਡ ਦੇ ਉੱਤੇ ਪੈ ਜਾਂਦਾ ਪਿੰਡ। ਅਤੇ ਬਾਈ ਦੇ ਘਰ ਬਹੁਤ ਸੋਹਣਾ ਨੁਕਰਾ ਸਟੈਲੀਅਨ ਤਿਆਰ ਹੋਇਆ। ਵੈਸੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੀ ਆ, ਸਾਰੀ ਗੱਲਬਾਤ ਕਰਾਂਗੇ, ਮੇਲਿਆਂ ਦਾ ਸ਼ਿੰਗਾਰ ਬਣਦਾ ਬਾਈ ਦਾ ਘੋੜਾ, ਅਤੇ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਘੋੜਾ ਵੀਡੀਓ ਦੇ ਵਿੱਚ ਦਿਖਾਵਾਂਗੇ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਬਾਈ ਦੇ ਮਿੱਤਰ ਪਿਆਰੇ ਜਿਹੜੇ ਨਾਲ ਬੈਠੇ ਆ ਅਤੇ ਭੁੱਲਰ ਦੇ, ਸਾਰਿਆਂ ਦਾ ਬਾਈ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਬੇਅੰਤ ਇੱਥੇ ਆਉਣ 'ਤੇ ਬਹੁਤ ਬਹੁਤ ਜੀ ਐਨ ਸੁਣੋ ਜੀ। ਧੰਨਵਾਦ ਭੁੱਲਰ ਜੀ। ਅਤੇ ਬਾਈ ਪਹਿਲਾਂ ਤਾਂ ਜਿਹੜੇ ਆਪਣੇ ਮਿੱਤਰ ਪਿਆਰੇ ਨਾਲ ਬੈਠੇ ਇਹਨਾਂ ਬਾਰੇ? ਇਹ ਵੀਰੇ ਮੇਰੇ ਸਾਰੇ ਭਰਾ ਹੀ ਆ, ਚਾਚੇ ਤਾਇਆਂ ਦੇ ਬੇਟੇ ਹੈ ਜੀ ਅਸੀਂ। ਇਹ ਮੇਰਾ ਬਾਪੂ ਜੀ ਹੈ ਜੀ। ਠੀਕ ਹੈ ਜੀ। ਹਾਂਜੀ। ਸਰਦਾਰ ਸਾਹਿਬ ਦਾ ਨਾਮ? ਸਰਦਾਰ ਗੁਰਭੇਜ ਸਿੰਘ ਜੀ ਭੁੱਲਰ। ਗੁਰਭੇਜ ਸਿੰਘ? ਹਾਂਜੀ ਹਾਂਜੀ। ਬਾਪੂ ਜੀ ਦਾ ਨਾਮ? ਹਾਂਜੀ ਹਾਂਜੀ। ਠੀਕ ਆ ਬਾਈ ਜੀ, ਪਹਿਲਾਂ ਆਪਾਂ ਗੱਲਬਾਤ ਕਰੀਏ ਭੁਪਿੰਦਰ। ਹਾਂਜੀ ਬਾਈ, ਕਿੰਨਾ ਕੁ ਟਾਈਮ ਪਹਿਲਾਂ ਸ਼ੁਰੂਆਤ ਕੀਤੀ ਸੀ ਘੋੜੇ, ਕਦੋਂ ਕਦੇ ਰੱਖਦੇ ਆ ਰਹੇ ਹਾਂ ਘੋੜੇ ਦੇ? ਬਾਈ ਜੀ ਆਪਣੇ ਪਹਿਲਾਂ ਵੀ ਮੰਨ ਲਓ ਖਾਨਦਾਨ ਤੋਂ ਹੀ ਹੈ ਜੀ। ਪਹਿਲਾਂ ਬਾਪੂ ਦੇ ਰੱਖੇ ਸੀਗੇ ਜੀ, ਸਾਡੇ ਦਾਦੇ ਦੇ, ਪੜਦਾਦੇ ਦੇ, ਉਹ ਮੰਨ ਲਓ ਉਪਾਰ ਆਸਤੇ ਨਹੀਂ ਸੀਗੇ ਇੰਨੇ ਜੀ, ਮੰਨ ਲਓ ਵੀ ਸਵਾਰੀ ਆਸਤੇ ਜਿਹੜੇ ਸੀਗੇ ਉਦੋਂ ਦੇ ਰੱਖਦੇ ਆਉਣੇ ਆ। ਬਲੱਡ ਇਹ ਮੰਨ ਲਓ ਬਲੱਡ ਲਾਈਨ 'ਚ ਹੀ ਆਈ ਜਾਂਦੀ ਹੈ ਜੀ ਘੋੜਿਆਂ ਵਾਲਾ ਸਾਡੇ ਸਿਸਟਮ। ਬਾਕੀ ਜਿਹੜਾ ਆਪਣਾ ਏਰੀਆ ਆ ਗਿਆ ਜੀ ਮੁਕਤਸਰ ਸਾਹਿਬ, ਇਹਦਾ ਧਰਤੀ ਬਾਈ ਇਸ ਦੇ ਨਾਲ ਬਾਈ, ਇੱਥੇ ਬਹੁਤ ਚੰਗੇ ਚੰਗੇ ਘੋੜੇ ਘੋੜੀਆਂ ਜੀ ਮੰਨ ਲਓ ਪੈਦਾ ਕੀਤੇ ਆ ਜੀ ਮੁਕਤਸਰ ਨੇ। ਗੁਰੂ ਸਾਹਿਬ ਦੀ ਮੰਨ ਲਓ ਜੀ 40 ਮੁਕਤਿਆਂ ਦੀ ਧਰਤੀ ਹੈ ਜੀ ਇਹ, ਇੱਕ ਆਸ਼ੀਰਵਾਦ ਆ ਜੀ ਘੋੜਿਆਂ ਨੂੰ ਸਾਨੂੰ ਵੀ ਮੰਨ ਲਓ ਬਹੁਤ ਚੰਗੇ ਚੰਗੇ ਇੱਥੇ ਘੋੜੇ ਮੰਨ ਲਓ ਬਾਈ ਬਣੇ ਆ, ਗਾਂ ਫੇਰ ਤਿਆਰ ਹੋਈ ਜਾਂਦੇ ਆ। ਅਤੇ ਮੰਨ ਲਓ ਆਪਣੇ ਪੰਜਾਬ ਦਾ ਕਿ ਇੰਡੀਆ ਦੇ ਵਿੱਚੋਂ ਸਾਰਿਆਂ 'ਚੋਂ ਪਹਿਲੇ ਨੰਬਰ ਦੇ ਨੁਕਰੇ ਘੋੜੇ ਮੁਕਤਸਰ 'ਚ ਹੱਬ ਮੰਨੇ। ਹਾਂ ਹੈਗੇ ਆ ਵੀਰੇ, ਇਹ ਮਹਾਰਾਜ ਦੀ ਇੱਕ ਕਿਰਪਾ ਬਾਈ ਇਹਨਾਂ ਦੇ ਬੜੀ। ਬਿਲਕੁਲ ਬਾਈ। ਅਤੇ ਬਾਈ ਭੁਪਿੰਦਰ, ਪਹਿਲਾਂ ਤਾਂ ਆਪਣਾ ਨਾ ਫਾਰਮ ਦਾ ਐਡਰੈਸ ਦੱਸ ਦਿਓ, ਪ੍ਰੋਪਰ ਕਿੱਥੇ ਜੇ ਰਹਿ ਜਾਂਦਾ? ਬਾਈ ਜੀ ਇਹ ਭੁੱਲਰ ਪਿੰਡ ਆ ਜੀ, ਭੁੱਲਰ ਸਟੱਡ ਫਾਰਮ ਜੀ, ਮੁਕਤਸਰ ਤੋਂ ਜੀ ਬਾਈ ਇਹ ਰਹਿ ਜਾਂਦਾ ਜੀ 8 ਕਿਲੋਮੀਟਰ ਵਾਟ ਜੀ, ਅਤੇ ਬਠਿੰਡੇ ਦੇ ਉੱਤੇ ਰਹਿ ਜਾਂਦਾ ਬਾਈ ਇਹ 40 ਕਿਲੋਮੀਟਰ ਵਾਟ। ਠੀਕ ਹੈ। ਮੇਨ ਰੋਡ ਦੇ ਉੱਤੇ ਬਾਈ ਜੌੜੀਆਂ ਨਹਿਰਾਂ ਪਿੰਡ ਭੁੱਲਰ ਦੇ ਉੱਤੇ ਜਾਵਾਂ ਜੀ, ਉੱਥੇ ਇਹ ਪਿੰਡ ਆ ਜੀ ਬਾਈ ਭੁੱਲਰ ਇਹ। ਹਾਂ, ਵਾਰ ਵਾਰ ਉੱਥੇ ਬਾਈ ਆਪਣੇ? ਹਾਂ, ਮੇਰਾ ਬਾਈ ਫਲੈਕਸ ਲੱਗਿਆ ਹੋਇਆ ਉੱਥੇ, ਜਦੋਂ ਨਹਿਰ ਟੱਪੋਗੇ ਤੁਸੀਂ ਘੋੜੇ ਦਾ ਉਹ ਫਲੈਕਸ ਲੱਗਿਆ, ਜੇ ਕਿਸੇ ਵੀਰ ਨੇ ਜਦੋਂ ਵੀ ਆਉਣਾ ਹੋਵੇ ਦਿਨੇ ਰਾਤ ਨੂੰ 24 ਘੰਟੇ ਬਾਈ ਦਰਵਾਜ਼ੇ ਖੁੱਲ੍ਹੇ ਆ, ਫਲੈਕਸ ਆ, ਸਾਰੀ ਲੋਕੇਸ਼ਨ ਆਪਣੇ ਘਰ ਲੈ ਕੇ ਆਉਂਦੀ ਆ। ਹਾਂ, ਬਾਕੀ ਬਾਈ ਜਿਹੜੀ ਉੱਥੋਂ ਰੋਡ ਆਉਂਦਾ ਢਾਣੀ ਨੂੰ ਸਿੱਧਾ ਆਪਣੇ ਘਰ ਆ ਕੇ ਛੱਡ? ਹਾਂ, ਸੜਕ ਬਾਈ ਪ੍ਰੀਮੈਕਸ ਵਾਲੀ ਇੱਥੇ ਆ ਕੇ ਰੁਕਦੀ ਹੈ ਆਪਣੇ। ਠੀਕ ਆ ਬਾਈ। ਅਤੇ ਹੁਣ ਬਾਈ ਗੱਲ ਕਰਦੇ ਹਾਂ ਭੁੱਲਰ ਆਪਣੇ ਬਛੇਰੇ ਬਾਰੇ। ਹਾਂਜੀ ਹਾਂਜੀ ਬਾਈ, ਵੈਸੇ ਤਾਂ ਹੁਣ ਘੋੜਾ ਬਣ ਕੇ। ਹਾਂਜੀ ਹਾਂ ਬਾਈ, ਹਾਂਜੀ ਹਾਂਜੀ। ਨਾਂ ਦੱਸੋ ਬਾਈ ਇਹਦੀ? ਬਾਈ ਨਾਂ ਇਹਦਾ ਪਾਰਸਾ ਜੀ। ਅੱਛਾ ਜੀ। ਹਾਂਜੀ, ਇਹਦਾ ਪਿਓ ਆ ਜਿਹੜਾ ਬਾਈ ਮਹਾਰਾਣਾ ਜਿਹੜਾ ਡੋਡ ਕੋਲੇ ਆ। ਹਾਂਜੀ, ਆਪਣੇ ਡੋਡਾ ਵਾਲੇ ਸੰਧੂ ਸਟੱਡ, ਸੰਧੂ ਸਟੱਡ ਬਿੰਦਰ ਹੋਰਾਂ ਕੋਲੇ ਆ ਜੀ ਮਹਾਰਾਣਾ, ਉਹ ਇਹਦਾ ਬਾਈ ਮੰਨ ਲਓ ਫਾਦਰ ਆ ਜੀ। ਦਿਲ ਸ਼ੇਰ ਕਾਕੀ ਦਾ ਬਾਈ ਇਹ ਪੋਤਾ ਜੀ ਇਹ। ਠੀਕ ਹੈ ਬਾਈ। ਹਾਂਜੀ ਹਾਂਜੀ, ਨੌਕਰੀ ਮਾਂ ਦਾ ਬਾਈ, ਬਹੁਤ ਵੱਡੀ ਚੰਗੀ ਘੋੜੀ ਆ ਜਿਹੜੀ ਮੰਨ ਲਓ ਇਹਦੀ ਮਾਂ ਵੀ ਆ, ਉਹ ਵੀ ਪੀੜੀਆਂ ਮਾਂ ਵਾਲੇ ਪਾਸੋਂ ਵੀ ਬੜੀਆਂ ਸਟਰੋਂਗ ਆ, ਅਤੇ ਪਿਓ ਵਾਲੇ ਪਾਸੇ ਤੋਂ ਬਾਈ ਇਹਦੀਆਂ 5-6 ਪੀੜੀਆਂ ਸਾਰੇ ਹੀ ਜਾਣਦੇ ਆ ਭਰਾ, ਵੀ ਬਹੁਤ ਹੀ ਸਟਰੋਂਗ ਆ ਇਹਦੀਆਂ। ਠੀਕ ਹੈ ਬਾਈ। ਅਤੇ ਮਾਂ ਦੀ ਜੇ ਆਪਾਂ ਗੱਲ ਕਰੀਏ, ਉਹ ਕਿਹੜੀ ਲਾਈਨ ਦੇ ਵਿੱਚੋਂ? ਮਾਂ ਬਾਈ ਸਾਲੀ ਵਾਲੇ ਦੀ ਸੀਗੀ। ਸਾਲੀ ਵਾਲੇ? ਹਾਂ। ਠੀਕ ਹੈ ਬਾਈ। ਨੌਕਰੀ ਬਹੁਤ ਸਪੋਟਲੈਸ ਘੋੜੀ ਦਾ ਬਾਈ ਬੱਚਾ ਇਹ, ਬਹੁਤ ਚੰਗੀ ਵੱਡੀ ਬਾਡੇ ਦੀ ਘੋੜੀ, ਚੰਗੀ ਗਰਦਨ ਦੀ, ਬਹੁਤ ਚੰਗੀ ਸੀ ਤਾਂ ਹੀ ਬਾਈ ਬਹੁਤ ਚੰਗਾ ਇਹ ਨਿਕਲ ਕੇ ਆਇਆ ਘੋੜਾ ਅੱਗੇ। ਠੀਕ ਹੈ ਬਾਈ। ਅਤੇ ਮਾਂ ਦੀ ਹਾਈਟ ਕਿੰਨੀ ਸੀ ਬਾਈ? ਮਾਂ ਦੀ 63 ਬਾਹਰ ਹੋਊਗੀ ਬਾਈ। 63 ਬਾਹਰ? ਹਾਂਜੀ ਹਾਂਜੀ। ਠੀਕ ਹੈ। ਇਹ ਬਾਈ ਭੁੱਲਰ ਆਪਾਂ ਲਿਆ ਸੀ ਜਾਂ ਆਪਣੇ ਘਰ ਪੈਦਾ? ਨਹੀਂ, ਆਪਾਂ ਬਾਈ 5 ਕੁ ਮਹੀਨਿਆਂ ਦਾ ਬੱਚਾ ਲੈ ਕੇ ਘਰੇ ਤਿਆਰ ਕੀਤਾ ਇਹ। ਠੀਕ ਹੈ ਬਾਈ। ਹਾਂਜੀ ਹਾਂਜੀ। ਠੀਕ ਹੈ। ਇਸ ਵਕਤ ਬਾਈ ਹਾਈਟ ਕਿੰਨੀ ਹੋ ਗਈ ਅਤੇ ਉਮਰ ਕਿੰਨੀ ਕਰ ਗਿਆ ਬਾਈ? ਉਮਰ ਬਾਈ ਜੀ ਇਹ ਹੋ ਗਿਆ ਜੀ ਹੁਣ ਮੰਨ ਲਓ 3 ਸਾਲ ਦਾ ਹੀ, 36 ਮਹੀਨਿਆਂ ਦਾ ਹੋਇਆ ਜੀ ਹਜੇ ਇਹ। ਅਤੇ ਕੱਦ ਬਾਈ ਇਹਦਾ 6 ਇੰਚ ਹੋ ਗਿਆ ਜੀ ਹੁਣ। 6 ਇੰਚ? ਹਾਂ, ਬਿਲਕੁਲ ਨੈਚੁਰਲ ਸਪੋਟਲੈਸ ਆ ਬਾਈ, ਕੋਈ ਸਪੋਟ ਮੰਨ ਲਓ ਵੀ ਹੈ ਐਵੇਂ ਤੀਲ ਜਿੰਨਾ ਵੀ ਹੈ ਨਹੀਂ, ਅਤੇ ਵਾਲ ਵੀ ਕਾਲਾ ਹੈ ਨਹੀਂ ਗਾ। ਸੌਂਬ ਤੋਂ ਲੈ ਕੇ ਬਾਈ ਜੀ ਘੋੜੇ ਦਾ ਕੰਨ ਤੱਕ ਹੀ ਮਹਾਰਾਜ ਨੇ ਬੜੀ ਬਖਸ਼ ਨਾਲ ਬਾਈ ਤਿਆਰ ਹੋਇਆ ਇਹ। ਠੀਕ ਹੈ ਜੀ, ਕੋਈ ਵੀ ਕਮੀ ਨਹੀਂ, ਕੋਈ ਮਜ਼ਬੂਤੀ 'ਚ ਜਾਂ ਕੋਈ ਸੁੰਬ ਮੰਨਿਓ ਜਾਂ ਗਰਦਨ ਮੰਨਿਓ, ਤੁਸੀਂ ਆਮ ਹੀ ਵੇਹਣੇ ਆ ਵੀ ਜਿਹੜੇ ਮੰਨ ਲਓ ਦਲਸ਼ੇਰ ਕਾਕੀ ਦੇ ਅਤੇ ਮਹਾਰਾਣੇ ਦਾ ਬਲੱਡ ਲੈਣਾ ਬਾਈ। ਹਾਂਜੀ ਬਾਈ, ਇਹ ਮੇਲੇ 'ਚ ਆਪਾਂ ਨੂੰ ਖੜ੍ਹੇ ਉਹੀ ਦੱਸ ਦੇਣਗੇ ਵੀ ਮੰਨ ਲਓ ਹੈਗੀ ਆ, ਤਾਂ ਹੁਣ ਬਿਲਕੁਲ ਬਾਈ ਐਂ ਮੰਨ ਲਓ ਨਿਕਲਦੀ ਹੈ ਫਲੈਟ ਸਿੱਧੀ ਇਹਨਾਂ ਦੀ। ਠੀਕ ਆ, ਅਤੇ ਵਾਈਟਨੈਸ ਆ ਬਾਈ ਬਹੁਤ ਹੀ ਜ਼ਿਆਦਾ ਇਹਨਾਂ 'ਚ ਵਾਈਟਨੈਸ ਆ, ਗੁਲਾਬੀ ਪਣ ਤਾਂ ਬਾਈ ਮੰਨ ਲਓ ਸਰਦੀਆਂ ਦੇ ਵਿੱਚ ਵੀ ਮਾੜਾ ਜਿਹਾ ਜ਼ੋਰ ਲਾਉਂਦੇ
ਬਾਕੀ ਬੁਲਰ ਬਾਈ ਇੱਕ ਚੀਜ਼ ਇਹ ਹੁੰਦੀ ਆ ਵੀ ਹਰ ਇੱਕ ਬਲੱਡ ਲਾਈਨ ਦੀ ਆਪਣੀ ਆਪਣੀ ਖਾਸੀਅਤ ਆਉਂਦੀ ਆ। ਹਾਂ ਇਹਦੇ 'ਚ ਉਸ ਟਾਈਪ ਦੇ ਜਿਹੜੇ ਗੁਣ ਨੇ, ਇਹਦੇ 'ਚ ਬਈ ਬਿਊਟੀ ਸਾਰਿਆਂ ਮੰਨ ਲਓ ਜਿੰਨੇ ਵੀ ਹੈਗੇ ਸਾਰਿਆਂ ਨਾਲੋਂ ਬਿਊਟੀ ਜ਼ਿਆਦੇ ਆ। ਇਹ ਬਲੱਡ ਲਾਈਨ ਦੇ ਵਿੱਚ ਬਿਊਟੀ ਜਾਲੇ ਆ ਬਈ, ਮਤਲਬ ਮਾਰਵਾੜੀ ਵਾਂਗੂ ਕਰੈਕਟਰ ਆ ਸਾਰੇ ਬਾਈ। ਕੰਨ ਵੀ ਛੋਟਾ ਆਉਂਦਾ ਜੀ ਬਾਈ, ਠੀਕ ਹੈ ਜੀ। ਫਿਰ ਗਰਦਨ ਦਾ ਸਾਰੀ ਮੰਨ ਲਓ ਜੀ ਜਿੰਨਾ ਵੀ ਹੈਗਾ ਸਿਸਟਮ ਜੀ ਇਹਦੇ 'ਚ ਬਿਊਟੀ ਜ਼ਿਆਦੇ ਆ ਸਾਰੇ। ਆਮ ਤਕਰੀਬਨ ਆਪਾਂ ਸਾਰੇ ਭਰਾ ਵਿਹਣੀ ਆ ਕਿ ਨਹੀਂ ਜੀ। ਬਾਕੀ ਜਿਵੇਂ ਬਾਈ ਭੁੱਲਰ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਆ ਵੀ ਜਿੰਨਾ ਕੁ ਆਪਾਂ ਨੂੰ ਨੌਲੇਜ ਆ ਜਾਂ ਸ਼ੋਆ ਸ਼ੋਅ ਦੇਖਦੇ ਰਹਿੰਦੇ ਹਾਂ ਜਾਂ ਬੱਚੇ ਦੇਖਦੇ ਰਹਿੰਦੇ ਹਾਂ, ਹਾਂਜੀ ਹਾਂਜੀ, ਸ਼ੇਰ ਕਾਕੀ ਤੋਂ ਲੈ ਕੇ ਫਿਰ ਬਾਅਦ 'ਚੋਂ ਮਹਾਰਾਣਾ ਆ ਗਿਆ, ਹਾਂ ਉਹ ਆ ਗਿਆ, ਫਿਰ ਉਹ ਤੋਂ ਬਾਅਦ 'ਚੋਂ ਇਹ ਆਪਣੇ ਵਾਲਾ ਪਾਰਸ ਆ ਗਿਆ, ਹਾਂ ਪਾਰਸ ਆ ਗਿਆ। ਤੇ ਵੀ ਮੰਨ ਲਓ ਸ਼ੋਅ ਬਹੁਤ ਕਰਦੇ ਆ ਘੋੜੇ, ਬੱਚੇ ਬਹੁਤ ਚੰਗੇ ਬਈ। ਹਾਂ ਬੱਚੇ ਬਈ, ਜਿਹੜੇ ਬੱਚੇ ਵੀ ਆ ਜੀ ਬੱਚੇ ਬਹੁਤ ਹੀ ਜ਼ਿਆਦਾ ਬਈ ਬਹੁਤ ਹੀ ਜ਼ਿਆਦਾ ਚੰਗੇ ਆਈ ਜਾਂਦੇ ਇਹਨਾਂ ਦੇ। ਹੁਣ ਆਪਣੇ ਤਾਂ ਬਈ ਇੱਕ ਪਾਰਸ ਦਾ ਇੱਕ ਮੰਨ ਲਓ ਇੱਕ ਫਸਟ ਰਿਜ਼ਲਟ ਆਇਆ, ਹੁਣ ਮੰਨ ਲਓ 15 ਦਿਨਾਂ ਬਾਅਦ ਫਿਰ ਤਾਂ ਲਗਾਤਾਰ ਹੀ ਬਈ ਇਹਦੀਆਂ ਘੋੜੀਆਂ ਹੁਣ ਸੂਈ ਜਾਣਗੀਆਂ। ਠੀਕ ਹੈ ਬਾਈ। ਅਤੇ ਮਹਾਰਾਜ ਦੀ ਕਿਰਪਾ ਨਾਲ ਬਈ ਬੇਹੱਦ ਚੰਗਾ ਮੰਨ ਲਓ ਸੋਇਆ ਆਪਦੇ ਨਾਲੋਂ ਵੀ ਬਾਈ, ਛੋਟਾ ਕੰਨ ਲਾਤਾ, ਉਹੀ ਗਰਦਨ ਸਾਰਾ ਕੁਛ ਆਪਦੇ ਤੇ ਬਿਲਕੁਲ ਬਹੁਤ ਹੀ ਚੰਗਾ ਸੋਇਆ ਬਈ। ਆਪਣੇ ਪਿੰਡ ਸੂਈ, ਹਾਂ ਪਿੰਡ ਆਪਣੇ ਬਈ ਤਾਜ ਦੇ ਬੇਟੇ ਕੋਲ ਘੋੜੀ ਆ ਉਹ ਉਸ 'ਤੇ ਸੋਇਆ ਬਈ ਪਹਿਲਾਂ, ਅਤੇ ਉਦੋਂ ਬਾਅਦ ਹੁਣ ਬਸ 15 ਦਿਨਾਂ ਨੂੰ ਬਈ ਸਾਰੇ ਰਿਜ਼ਲਟ ਫਿਰ ਲੱਗ ਪੈਣਗੇ ਲਗਾਤਾਰ ਘੋੜੀਆਂ। ਇਹ ਬਸ਼ੇਰੀ ਬਾਈ ਜਿਹੜਾ ਰਿਜ਼ਲਟ ਆਇਆ ਪਾਰਸ ਦਾ ਕਿੰਨੇ ਚਿਰ ਦੀ ਹੋ ਗਈ ਬਸ਼ੇਰੀ? ਇਹ ਬਾਈ ਲਗਭਗ 3 ਕੁ ਮਹੀਨਿਆਂ ਦੀ ਹੋਣ ਵਾਲੀ ਹੋਣੀ ਆ ਹੁਣ। ਠੀਕ ਆ ਬਾਈ, ਹਾਂਜੀ। ਅਤੇ ਦੁਬਾਰੇ ਫਿਰ ਮੇਰਾ ਖਿਆਲ ਆ ਵੀ ਸਿਲੇ 'ਚ ਘੋੜੀ ਆ ਬਾਈ? ਹਾਂ ਇਸੇ ਤੋਂ ਬਾਈ, ਚਲੋ ਮਹਾਰਾਜ ਦੀ ਗਾਂ ਤਾਂ ਪਤਾ ਨਹੀਂ ਬਾਈ, ਪਰ ਜਿੱਥੇ ਘੋੜਾ ਸੂਗਾ ਜੀ ਆਪਣਾ ਬਸ਼ੇਰਾ, ਹਾਂਜੀ, ਮੈਂ ਤਾਂ ਹਜੇ ਬਸ਼ੇਰਾ ਹੀ ਆਖੂੰਗਾ ਬਾਈ, 5 ਸਾਲ ਦਾ ਘੋੜਾ ਬਣਦਾ ਜਾ ਕੇ। ਹਾਂਜੀ ਬਾਈ, ਪਰ ਜਿੰਨੇ ਮੰਨ ਲਓ ਘੋੜੀਆਂ ਸੂਣਗੀਆਂ ਬਾਈ, ਦੁਬਾਰੇ ਕੋਈ ਘੋੜੀ ਬਾਹਰ ਨਹੀਂ ਜਾਂਦੀ। ਠੀਕ ਹੈ ਜੀ, ਬੱਚੇ ਜਦੋਂ ਬਾਈ ਆਪਾਂ ਨੂੰ ਮੰਨ ਲਓ ਸਾਰਿਆਂ ਤੋਂ ਜ਼ਿਆਦਾ ਆਪਾਂ ਨੂੰ ਬੱਚਾ ਚੰਗਾ ਚਾਹੀਦਾ, ਬੱਚਿਓ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੰਗੇ ਬਾਈ ਸੋਇਆ ਇਹ। ਬਿਲਕੁਲ ਬਾਈ, ਆਪਾਂ ਨੂੰ ਰਿਜ਼ਲਟ ਹੀ ਹੁੰਦਾ ਬਾਈ ਘੋੜੇ ਦਾ ਕਿ ਨਹੀਂ, ਆਉਣ ਵਾਲੇ ਟਾਈਮ 'ਚ ਬਾਈ ਬੱਚੇ 1.5 ਸਾਲ ਨੂੰ 2 ਸਾਲ ਨੂੰ ਸ਼ੋਆਂ 'ਚ ਮਿਲਣਗੇ ਇਹਦੇ। ਬਿਲਕੁਲ ਬਾਈ। ਅਤੇ ਬਾਈ ਜੀ ਸਟਾਰਟਅਪ ਫੀਸ ਜਿਹੜੀ ਆਪਣੀ ਰੱਖੀ ਆ ਸਰਵਿਸ ਦੀ? ਹਾਂਜੀ ਹਾਂਜੀ ਬਾਈ, ਜਮਾਂ ਨੋਰਮਲ ਰੱਖੀ ਆਪਾਂ, ਕੋਈ ਬਾਹਲੀ ਜ਼ਿਆਦਾ ਨਹੀਂ ਰੱਖੀ, ਮਤਲਬ ਹਰੇਕ ਬੰਦੇ ਦੀ ਰੇਂਜ 'ਚ ਆਉਂਦੀ ਹੈ, 16,000 ਰੁਪਇਆ ਬਾਈ ਆਪਾਂ ਰੱਖੀ। ਹਾਂ ਠੀਕ ਹੈ। ਅਤੇ ਕਿੰਨੀਆਂ ਕੁ ਘੋੜੀਆਂ ਬਾਈ ਤੁਹਾਡੇ ਧਿਆਨ 'ਚ, ਰਿਕਾਰਡ 'ਚ ਹੀ ਹੋਣਾ ਸਾਰਾ ਕੰਮ ਬਾਈ? ਆਪਣੇ ਕੋਲ ਰਿਕਾਰਡ ਆ, ਆਪਾਂ ਰਸੀਦ ਕੱਟ ਕੇ ਦਿੰਦੇ ਹਾਂ ਜੀ ਸਪੈਸ਼ਲ, ਸਾਰਾ ਕੁਛ ਲਾ ਕੇ 103 ਘੋੜੀਆਂ ਬਾਈ ਮੀਟਿੰਗ ਹੋ ਗਈਆਂ। ਇਹ ਤੋਂ ਕਿੰਨਾ ਟਾਈਮ ਹੋ ਗਿਆ ਜਦੋਂ ਪਹਿਲਾਂ ਦੀ ਗੱਲ ਕਰੀਏ, ਕਿੰਨੇ ਟਾਈਮ ਪੀਰੀਅਡ ਇਹਦੇ 'ਚ? ਬਾਈ ਜੀ ਆਪਾਂ ਮਾਰਚ ਤੋਂ ਇਹ ਸਟਾਰਟ ਕੀਤਾ ਜੀ ਘੋੜਾ, ਠੀਕ ਹੈ ਜੀ। ਅਤੇ ਵੇਚਦੀ ਬਾਈ ਇਹਦੇ 'ਤੇ ਬਿਮਾਰ ਹੋ ਗਿਆ ਸੀ, 5-6 ਮੰਨ ਲਓ 6 ਮਹੀਨੇ ਮੈਨੂੰ ਘੋੜਾ ਬੰਦ ਕਰਨਾ ਪੈ ਗਿਆ ਸੀ ਇਹ, ਉਦੋਂ ਬਾਅਦ ਚਲਾਇਆ ਬਾਈ ਇਹ। ਠੀਕ ਹੈ। ਹਾਂ ਮਤਲਬ ਵੀ 5 ਮਹੀਨਿਆਂ ਬਈ ਦੀ ਬਈ ਇਹਨੇ ਕ੍ਰੋਸ ਕੀਤੀ ਆ, 5 ਮਹੀਨਿਆਂ ਦੀ ਬਈ ਦੀ। ਹੁਣ ਵੀ ਬਾਈ ਮਹਾਰਾਜ ਦੀ ਕਿਰਪਾ ਨਾਲ ਬੜੀ ਸੋਹਣੀ ਮੀਟਿੰਗ ਕਰੀ ਜਾਂਦਾ, ਹਰ ਰੋਜ਼ ਵਾਂਗੂ ਇੱਕ ਘੋੜੀ ਮਤਲਬ ਮੀਟਿੰਗ ਦੀ ਕਰੀ ਜਾਂਦਾ ਹੈਗਾ। ਆਫ ਸੀਜ਼ਨ 'ਚ ਵੀ ਬਾਈ ਇਹਨੇ ਮੰਨ ਲਓ, ਸਰਦੀ 'ਚ ਵੀ ਹਰ ਰੋਜ਼ ਵਾਂਗੂ ਮਤਲਬ ਵੀ ਕਰੀ ਜਾਂਦਾ ਹੈਗਾ ਮੀਟਿੰਗ ਦਾ। ਅਤੇ ਰਿਸਪੋਂਸ ਤਾਂ ਬਾਈ ਏਰੀਏ ਦੇ ਵਿੱਚ ਪਤਾ ਹੀ ਆ। ਹਾਂ ਹਾਂ ਬਾਈ, ਮਾਘੀ ਮੇਲਾ ਮੁਕਤਸਰ, ਹਾਂ ਮੇਲੇ 'ਤੇ ਬਾਈ ਉੱਥੋਂ ਜਿੱਥੋਂ ਤੁਰਦਾ ਜਾਂ ਖੜਦਾ ਬਈ, ਲੋਕ ਇਹਨੂੰ ਬੜਾ ਪਸੰਦ ਕਰਦੇ ਆ, ਇਹਦੀ ਬਿਊਟੀ ਨੂੰ ਕਰਦੇ ਆ ਬਈ। ਠੀਕ ਹੈ ਜੀ, ਬਿਊਟੀ ਬਹੁਤ ਜ਼ਿਆਦਾ ਆ, ਵਾਈਟਨੈਸ ਬਈ ਬਹੁਤ ਜ਼ਿਆਦਾ ਆ, ਬਹੁਤ ਲੋਕਾਂ ਦਾ ਪਿਆਰ ਆ ਬਈ ਇਹਦੇ ਨਾਲ। ਮੰਨੋ ਆਉਂਦੇ ਆ ਮੇਰੇ ਕੋਲ ਬਈ, ਹਰ ਰੋਜ਼ ਬੰਦੇ ਮਿਲਣ ਆਉਂਦੇ ਆ, ਮੈਨੂੰ ਨਹੀਂ ਮਿਲਣ ਆਉਣਾ ਬਈ, ਘੋੜੇ ਨੂੰ ਆਉਂਦੇ ਆ। ਇਹਦਾ ਆਪਾਂ ਬਈ ਸਾਰੀ ਉਮਰ ਦੇਣ ਹੀ ਨਹੀਂ ਦੇ ਸਕਦੇ ਕਿ ਜਿਹੜੇ ਨੇ ਇੰਨੇ ਦੂਰ ਤੱਕ ਆਪਣੇ ਇਹ ਘੋੜੇ ਨੇ ਆਪਣੇ ਲਿੰਕ ਬਣਾ ਤੇ। ਇਕੱਲੇ ਘੋੜੇ ਕਾਰਨ ਆ ਬਈ ਅੱਜ ਤੁਸੀਂ ਮੇਰੇ ਕੋਲ ਆਏ ਆ, ਤਾਂ ਘੋੜਿਆਂ ਕਾਰਨ ਹੀ ਆਪਣਾ ਮੰਨ ਲਓ ਬਈ ਪਿਆਰ ਆ, ਨਹੀਂ ਤੁਸੀਂ ਮੇਰੇ ਕੋਲ ਇੱਥੇ ਕੀ ਕਰਨ ਆਉਣਾ ਸੀਗਾ? ਨਾਲ ਭਰਾ ਬੈਠੇ ਹਾਂ ਸਾਰੇ ਬਈ, ਆਪਣੇ ਵੀ ਸਾਰੇ ਘੋੜਿਆਂ ਵਾਲਾ, ਘੋੜਿਆਂ ਵਾਲਾ ਸਰਕਲ ਆ ਬਈ। ਹਾਂਜੀ ਹਾਂਜੀ ਬਾਈ। ਭੁੱਲਰ ਬਾਈ ਫਿਰ ਵਿਚਾਰ ਕਿਵੇਂ ਬਣੀ ਸੀ ਵੀ ਆਪਾਂ ਕੋਈ ਫਾਰਮ ਦੇ ਉੱਤੇ ਤਿਆਰ ਕਰਨਾ ਬਈ? ਕੋਈ ਵਿਚਾਰ ਨਹੀਂ ਸੀ ਬਈ, ਘੋੜੀਆਂ ਆਪਾਂ ਰੱਖੀਆਂ ਬਈ ਬਹੁਤ ਚੰਗੀਆਂ ਵੱਡੀ ਹਾਈਟ ਵਾਲੀਆਂ ਘੋੜੀਆਂ ਮੇਰੇ ਕੋਲ ਬਈ, ਆਪਾਂ ਬਰੀਡਿੰਗ ਕਰਾਉਣੇ ਆ ਘਰੇ। ਇਹ ਤਾਂ ਵੈਸੇ ਬਈ ਅਸੀਂ ਘੁੰਮਦੇ ਫਿਰਦੇ ਜਦੋਂ ਮੰਨ ਲਓ ਘੋੜੀਆਂ ਲੈਣ ਗਏ ਸੀਗੇ, ਅਤੇ ਜਦੋਂ ਬੱਚਾ ਵੇਖਿਆ ਬਈ ਉਹ ਮਨ ਨੂੰ ਹੀ ਇੰਨਾ ਮੰਨ ਲਓ ਲੱਗ ਗਿਆ ਵੀ ਇਹਦਾ ਮੰਨ ਲਓ ਮੇਰੇ ਇਹਦੀ ਸੇਵਾ ਸੀਗੀ ਜਿਹੜੀ ਮੈਂ ਕਰਨੀ, ਉਹਦਾ ਕਰਕੇ ਬਈ ਮੇਰੇ ਘਰੇ ਆ ਗਿਆ। ਮੇਰਾ ਕੋਈ ਵੀ ਵਿਚਾਰ ਨਹੀਂ ਸੀਗਾ ਵੀ ਆਪਾਂ ਘੋੜਾ ਰੱਖਾਂਗੇ ਘਰੇ ਜਾਂ ਕਿਤੇ, ਵੀ ਉਹਦਾ ਦਾਣਾ ਪਾਣੀ ਸੀ ਉਹ ਖਿੱਚ ਕੇ ਆਪਾਂ ਹੀ ਬਈ ਆ ਗਿਆ। ਠੀਕ ਹੈ ਬਾਈ। ਅਤੇ ਬਾਈ ਭੁੱਲਰ ਜੇ ਸ਼ੋਆਂ ਦੀ ਗੱਲ ਕਰੀਏ, ਕਿੰਨੇ ਕੁ ਕੰਪੀਟੀਸ਼ਨਾਂ ਦੇ ਵਿੱਚ ਹੁਣ ਤੁਸੀਂ ਇਹਨੂੰ ਪਾਇਆ ਗਾ ਹੁਣ ਤੱਕ? ਬਈ 6-7 ਕੰਪੀਟੀਸ਼ਨਾਂ 'ਚ ਪਾਇਆ ਬਈ, ਅਤੇ ਫੁੱਲ ਬਣਾ ਕੇ ਹੀ ਆਇਆ। ਅੱਛਾ ਜੀ। ਹਾਂ ਕਿਹੜੀ ਕੈਟਾਗਰੀ ਤੋਂ ਸਟਾਰਟ? ਬਈ ਦੁੱਧ ਦੰਦ ਤੋਂ ਲੈ ਕੇ 2 ਦੰਦ ਸਾਰਿਆਂ ਦੇ ਵਿੱਚ ਹੀ ਬਈ ਚੈਂਪੀਅਨ ਹੀ ਬਣ ਕੇ ਆਇਆ ਇਹ। ਠੀਕ ਹੈ ਬਾਈ। ਹਾਂ ਉਹਦੇ ਵਿੱਚ ਕਿਹੜੇ ਕਿਹੜੇ ਸ਼ੋਅ? ਮੰਨ ਲਓ ਉਹ 'ਚ ਫਰੀਦਕੋਟ ਵੀ ਬਈ ਲੜਿਆ ਇਹ, ਲੁਧਿਆਣਾ ਵੀ ਲੜਿਆ ਜੀ, ਹਨੂਮਾਨਗੜ੍ਹ ਵੀ ਲੜਿਆ ਬਈ। ਠੀਕ ਹੈ ਜੀ। ਦੁੱਧ ਦੰਦ 'ਤੇ ਉਹ ਡਬਲ ਫੇਰ ਹੋ ਗਏ ਬਈ ਸਾਰੇ, ਉਹਨਾਂ 'ਚ ਮੰਨ ਲਓ 2 ਦੰਦ ਸਾਰਿਆਂ 'ਚ ਫੇਰ ਲੜਿਆ ਇਹ। ਠੀਕ ਹੈ, ਜਿਨ੍ਹਾਂ 'ਚ ਦੁੱਧ ਦੰਦ ਅਤੇ 2 ਦੰਦ 'ਚ ਲੜਿਆ। ਹਾਂ ਉਹਦੇ ਵਿੱਚ ਆਪਣੇ ਵੱਡੇ ਘੋੜਿਆਂ 'ਚ ਵੀ, ਵੱਡੇ ਘੋੜਿਆਂ 'ਚ ਬਈ ਹੁਣ ਮੰਨ ਲਓ ਇੱਥੇ ਮੁਕਤਸਰ ਪਾਇਆ ਸੀਗਾ ਜੀ ਅਸੀਂ। ਹਾਂਜੀ। ਇਹ ਬਈ ਥੋੜ੍ਹਾ ਜਿਹਾ ਇੱਕ ਸਾਰਿਆਂ ਨੂੰ ਪਤਾ ਵੀ ਥੋੜ੍ਹੀ ਗਰਮੈਸ਼ 'ਚ ਰਹਿੰਦੇ ਆ ਇਹ ਘੋੜੇ,
अच्छा मान लो अगे तो असं शो लड़ते हैं बई बाहर गड्डी खड़ी होंगी असं उदों ही जो रैंक स्टार्ट हों उदों ही मान लो इनू एंटर करते हैं। ठीक है जी। वो ट्रैफिक ही इन्ना ज्यादा मान लो मेले से सगा बई तो मैं ऐ लगे भी आप इन्नी वाटों मान लो भी नेड़े हैं बई तो आ भी गए हैं तो कितने घोड़ा अपना वो ना हो अपना रैंक जी ना जाए। हाँ जी। वो जो उतो बई गड्डी तोरी तो ट्रैफिक निकल गया सानू उदो तारना पाया घोड़ा जो तार लिया बई इन्हें जिनी चमक सी सारी बई आदि खत्म कर ली जोर ला के मुड़का कढ़ गया इन्नी मान लो उदन मौसम भी किन्ना ठंडा सीगा। हाँ जी भाई। एक खड़ते नहीं थोड़े गर्म ब्लड लैन तो आपकी जिनी चमक सीगी वह उदन बई आपकी खत्म कर गया। चलो फिर भी महाराज का बई शुक्र आ बई 40-42 घोड़े आए थे। हाँ जी भाई। बच्चे चैंपियन घोड़े भी बहुत आए थे बई। बिल्कुल ठीक है जी। पर फिर भी इन्हें बई नंबर चक्या उ बाकी थोड़ा जहा बई भुल रहे इस गल का भी फर्क पैदा होना जिमें जे एक तो थोड़े जे घोड़े उम्र च बई जगवीर होए होंगे है ना। हाँ हजे एंटर होंदा है ये बई एक होर बड़ी वड्डी चीज़ है जी ये जिन्हें भी शो लड़े है जी वो टाइम टेबल बड़ा गलत आ जाता सीगा। मान लो बई इन्हें हुण जिवें मान लो 4 दिन का स्टार्ट होया जी हजे हुण ठीक है जी उ कोई 1.5-2 महीने पहला हुंदा ठीक है जी उस इन्हें 2 दंद जी लड़ना सी जिते मान लो ये 2 दंद च लड़िया सी उन्हें इन्हें खीरियां च लड़ना सीगा। वो टाइम टेबल मान लो भी 1 साल का बड़ा वड्डा गैप पै जांदा हुण वो मचौर घोड़े आ सारे बई ये बच्चा चलो बड़ा महाराज का शुक्र आ बई वड्डे घोड़ों का फिर भी मुकाबला करदा कुदरती शोआ नाल इहदी उम्र दा टाइम मैच नहीं। हाँ नहीं होया बई वो चलो फिर भी बई कदे बहुत चंगा रिस्पोंस लोगों का मिलता है। हाँ दर्शकों हाँ हाँ उ हाँ उई दस 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 हाँ जी हाँ जी हाँ जी नहीं सही है बीरे सही है सही है। हाँ जी भुलर भाई तो हम अगे की रखे थोड़ा सिस्टम भी घरे होर भी कोई बच्चा तैयार करना बई। हाँ जे महाराज ने बी बख्श की तो आप गांधी अगे बे ब्लड लाइन जरूर तैयार करा आपके घर। ठीक है भाई। हाँ कुछ घोड़े होर भी तैयार करी जाना चलो जो टाइम आया आप उदो बहर क्ढा तो बई भुलर इस तो अलावा पारस तो बिना जो आप गल करिए हूँ इस वक्त फार्म तो होर बई हूँ मेरे को 4 जनवरी है जी। अच्छा जी। हाँ एक सान बच्चा होर तैयार करी जाना बई एक घोड़ियाँ बई एक वछेरी है 70 इंच की एक होर लैन की पुरानी घोड़ी है बई स्पॉटलैस महाराज की कृपा नाल बड़े चंगे बई बहुत ही चंगे है कोई अपने इन्हों की सेवा लिखी है बई इन्हों की आप तनो मनो करी जाने मेरे नालों आ मुंडिया ने मतलब इन्होंने संभालने घोड़े बई। हाँ जी भाई। घोड़ा बनाना बई बहुत वड्डी गल आ जे महाराज की बख्शा तो फिर ही बनता जे मैं आखूंगा बई घोड़ा जे तुसी आखोगे घोड़ा नहीं बनता घोड़े चे 4-5 बंदिया का बई मतलब सिंह हाथ हुंदा सारे तो वड्डा तो बई ये मुंडे खड़े आन मगर मेरे इन्होंने मान लो 24 घंटे बई उदियां मालिशां करनियां सारा कुछ करना संभालना विच उहदे फैरियर भी आ जांदा बई जे मान लो कल्ली आपां मालिश करनी जे पैर ना बने पैरां तो खराब हो गया घोड़ा तां वी गया बई खुराक लिया के देनी आ। हाँ इन्हां दे नाल संजोग उन्ना मेरा भी है बई ठीक है जिम्मेवारी हाँ इन्हों की बाली वड्डी है बई इन्हों का घोड़ा ही इन्हों का बिल्कुल इन्ह बंद ने मान ला सामने घोड़े बई तो इन्ह करके बई बेफिक्र होकर बहर भी कितने जाना तो भी ये मुंडिया ने सामना सारा कुछ करना गा जे मान लो अपने को ना आन फिर आप घोड़े नहीं बई पाल सकते गे। बिल्कुल जी बिल्कुल। तो बई जिहड़ियां तुसीं दूजियां दो घोड़ियां दसियां एक वछेरी नौकरी कि खानदान की नौकरी वछेरी बई नौकरी जी नौकरी वछेरी है 70 इंच वाली है बई वो तो हैगी है बई अर्जन की रौली वाले की है। अच्छा दूजी होर लैन की घोड़ी है पुरानी घोड़ी है बई। ठीक है। हाँ बई अपने घर ही ब्रीड हो जाने नहीं नहीं बई आप जी बची है बई वह भी 5 महीनों की लैके बई तैयार की है आप जो मान लो पारस आ ये भी बच्चा लैके घर बई तैयार किया बनी बनाई बई आप घोड़ी लई सी जो होर घोड़ियां लें चंगा हूँ तो बनिया बनाइया लै लें पर जे चंगा बई बच्चा अपन बछेरा बछेरी कोई चंगा बड़ा टॉप का मिलता फिर आप बई वह भी लै लें फिर आपको भला दी वे घोड़ी का मुल ही क्यों ना लाना पवे। ठीक है जी। ਜਿਵੇਂ ਭੁੱਲਰ ਬਾਈ ਤੁਸੀਂ ਦੱਸਦੇ ਸੀਗੇ ਵੀ ਪਹਿਲਾਂ ਤੁਹਾਡਾ ਜ਼ਿਆਦਾ ਧਿਆਨ ਸੀਗਾ ਰੁਝਾਨ ਸੀ ਮਾਰਵਾੜੀ ਘੋੜੀਆਂ ਜ਼ਿਆਦਾ ਹੁੰਦੀਆਂ ਜੀ ਤੁਹਾਡੇ ਕੋਲ ਬਈ। ਹਾਂ ਮਾਰਵਾੜੀ ਤਾਂ ਪਹਿਲਾਂ ਬਈ ਰੱਖਿਆ ਸੀ ਫਾਰਮ ਪਰ ਮਾਰਵਾੜੀ ਦਾ ਬਈ ਆਪਾਂ ਨੂੰ ਨਹੀਂ ਛੁੱਟ ਕੀਤਾ ਉਦੋਂ ਬਾਅਦ ਬਈ ਆਪਾਂ ਨੌਕਰੇ ਦਾ ਮੰਨ ਲਓ ਆਪਦਾ ਪਾਇਆ ਫਾਰਮ ਸਾਰਾ ਕੀ ਫਰਕ ਕੀ ਲੱਗਿਆ ਤੁਹਾਨੂੰ ਵੀ ਕਿਉਂ ਤੁਹਾਨੂੰ ਐਂ ਲੱਗਿਆ ਵੀ ਬਈ ਉਹਦੇ 'ਚ ਪਤਾ ਕੀ ਹੈ ਬਈ ਮੰਨ ਲਓ ਜਿਹੜੀ ਮਾਰਵਾੜੀ ਹੈ ਜੀ ਉਹ ਬੜੀ ਬਲੱਡ ਲੈਣ ਨਾਲ ਮੰਨ ਲਓ ਵੀ ਸਾਰੀ ਹੈ 4-4 ਪੀੜੀਆਂ ਇੱਧਰ ਨੂੰ 4-4 ਪੀੜੀਆਂ ਇੱਧਰ ਨੂੰ ਆਪਾਂ ਨੂੰ ਵੇਖ ਕੇ ਉਹ ਲੈਣਾ ਪੈਂਦਾ ਜਾਨਵਰ ਠੀਕ ਹੈ ਜੀ ਇਹ ਬਈ ਆਪਣਾ ਹੈ ਜਾਂ ਜਦੋਂ ਹੁਣ ਵੀ ਮੰਨ ਲਓ ਆਪਾਂ ਜੇ ਵੇਚਣਾ ਤਾਂ ਆਪਾਂ 2 ਮਿੰਟਾਂ 'ਚ ਆਪਾਂ ਸੇਲ ਕਰ ਸਕਦੇ ਹਾਂ ਜੇ ਮਾਰਵਾੜੀ ਵੇਖ ਜੇ ਤਾਂ ਬਈ ਮੰਨ ਲਓ ਘੰਟੇ 'ਚ ਵੇਖ ਜੇ ਨਾ ਵੇਖੇ 2 ਸਾਲ ਵੀ ਖੜੇ ਰਹਿੰਦੇ ਆ ਬਈ 3 ਵੀ ਖੜੇ ਰਹਿੰਦੇ ਆ ਮੈਨੂੰ ਤਾਂ ਇਹ ਲੱਗਿਆ ਬਈ ਪਰ ਇਹ ਆਪਾਂ ਨੂੰ ਚੰਗਾ ਇਹ ਆਪਣੀ ਖੁਦ ਦੀ ਬਈ ਪੰਜਾਬ ਦੀ ਨਸਲ ਆ ਆਪਾਂ ਖੁਦ ਤਿਆਰ ਕਰਕੇ ਆਪਾਂ ਜ਼ਰੂਰ ਆਪਾਂ ਤਾਂ ਇਹਦੇ ਰੁਝਾਨ ਆ ਬਈ ਨੌਕਰੇ ਦੇ ਵਿੱਚ ਜਿਹੜੀ ਪੰਜਾਬ ਨੇ ਚੀਜ਼ ਤਿਆਰ ਕੀਤੀ ਆ ਆਪਾਂ ਤਾਂ ਉਹ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ। ਬਿਲਕੁਲ ਬਈ। ਹਾਂਜੀ ਹਾਂਜੀ ਬਿਲਕੁਲ। ਭੁੱਲਰ ਬਾਈ ਇੱਕ ਵਾਰ ਨਾ ਤੁਸੀਂ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਸਟੱਡ ਸਰਵਿਸ ਲੈਣੀ ਹੈ ਜਾਂ ਕੋਈ ਹੋਰ ਗੱਲਬਾਤ ਪੁੱਛਣੀ ਹੈ। ਹਾਂਜੀ ਹਾਂਜੀ ਮੇਰਾ ਵੀਰੇ ਹੈਗਾ 98550 ਵੀਰੇ 00670 ਨੰਬਰ ਵੀਰੇ।
फिर दोबारा कर दें 98550-00670। ठीक है जी। ਪੁਨਰ ਭਾਈ ਜਿਵੇਂ ਹੁਣ ਸ਼ੋਅ ਚੱਲ ਰਹੇ ਅੱਜ ਕੱਲ੍ਹ ਹੈ ਨਾ, ਹਾਂਜੀ ਹਾਂਜੀ, ਨਵੇਂ ਜਿਹੜੇ ਮੁੰਡੇ ਆ ਉਹਨਾਂ ਦਾ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਅੱਪ ਹੋ ਗਿਆ ਹੈ ਨਾ। ਹਾਂਜੀ ਹਾਂਜੀ ਵੀਰੇ, ਜਿਹੜੇ ਬੰਦਿਆਂ ਨੂੰ ਸ਼ੌਂਕ ਆ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੇਰੇ ਘਰੇ ਚੰਗਾ ਹੀ ਜਾਨਵਰ ਤਿਆਰ ਹੋਵੇ ਹੈ ਨਾ। ਹਾਂ ਹਾਂ ਵੀਰੇ, ਅਤੇ ਸ਼ੋਆਂ ਬਾਰੇ ਬਾਈ ਕੀ ਵਿਚਾਰ ਆ ਤੁਹਾਡੇ ਹਿਸਾਬ ਨਾਲ? ਬਾਈ ਸ਼ੋਆਂ 'ਤੇ ਤਾਂ ਇੱਕ ਤਾਂ ਸਾਰਿਆਂ ਤੋਂ ਵੱਡੀ ਗੱਲ ਤਾਂ ਬਾਈ ਇਹ ਹੈ, ਆਪਾਂ ਨੂੰ ਬੜਾ ਮੰਨ ਲਓ ਵੀ ਸ਼ੋਅ ਜਾਂਦੇ ਹਾਂ ਬਾਈ, ਸਾਰੇ ਦੂਰ ਤੱਕ ਵੇਖ ਕੇ ਆਉਣੇ ਆ, ਪਰ ਜਿਹੜਾ ਹੁਣ ਜਗਰਾਮੀ PDF ਨੇ ਮੰਨ ਲਓ ਕਰਵਾਇਆ ਉੱਥੇ PDF ਨੇ, ਹਾਂਜੀ, ਪਰ ਉਹ ਮੇਲੇ ਵਰਗਾ ਬਾਈ ਆਪਾਂ ਅੱਜ ਤੱਕ ਕੋਈ ਸ਼ੋਅ ਨਹੀਂ ਦੇਖਿਆ। ਠੀਕ ਹੈ ਜੀ। ਠੀਕ ਹੈ ਜੀ। ਜੱਜਮੈਂਟ ਉਹਨਾਂ ਨੇ ਮੰਨ ਲਓ ਕੀਤੇ ਆ, ਬਾਹਰੋਂ ਮੰਨ ਲਓ ਫੋਰਨ 'ਚੋਂ ਬੰਦੇ ਆਏ ਆ ਉਹ, ਜਿੰਨੇ ਨੰਬਰਾਂ 'ਤੇ ਬਾਈ ਜਾਨਵਰ ਨਿਕਲੇ ਆ, ਠੀਕ ਹੈ ਜੀ, ਉਹ ਨੰਬਰਾਂ ਦਾ ਬਾਈ ਉਹਨਾਂ ਨੇ ਜ਼ਰੂਰ ਦੱਸਿਆ ਵੀ ਇਹਦੇ ਵਿੱਚ ਬਾਈ ਤੇਰੀ ਆਹ ਘਾਟ ਸੀ, ਇਹਦੇ ਵਿੱਚ ਬਾਈ ਤੇਰੀ ਆਹ ਘਾਟ ਸੀ, ਇਹਦੇ ਵਿੱਚ ਆਹ ਘਾਟ ਸੀ। ਉਹ ਬੰਦਿਆਂ ਨੂੰ ਮੰਨ ਲਓ ਖੁਸ਼ ਹੋ ਕੇ ਨਿਕਲਿਆ, ਬੰਦਾ ਐਂ ਨਹੀਂ ਮੰਨ ਲਓ ਨਿਕਲਿਆ ਵੀ ਯਾਰ ਮੈਨੂੰ ਵੀ ਸੁਣੀ ਨਹੀਂ ਮੇਰੀ, ਸੰਤੁਸ਼ਟ ਹਾਂ ਕਰਕੇ ਬਾਈ ਫਿਰ ਨਿਕਲਿਆ। ਹਾਂ ਨਿਕਲਦੇ ਆ ਬਾਈ, ਉਹ ਚੀਜ਼ ਨੂੰ ਬੰਦਾ ਸਕਵਾਰ ਵੀ ਕਰੂਗਾ ਕਿ ਨਹੀਂ, ਪਰ ਉਹ ਮੈਨੂੰ ਤਾਂ ਬੜੀ ਬਾਈ ਵਧੀਆ ਚੀਜ਼ ਲੱਗੀ ਆਪਣੇ ਸ਼ੋਆਂ ਦੇ ਵਿੱਚ ਵੀ, ਜਿੰਨੇ ਮੰਨ ਲਓ ਮੈਂ ਤਾਂ ਕਹਿਣਾ ਵੀ ਸ਼ੋਅ ਹੁੰਦੇ ਆ ਉਹ ਚੀਜ਼ ਦਾ ਬੜਾ ਧਿਆਨ ਰੱਖ ਕੇ ਕਰਨਾ ਚਾਹੀਦਾ ਕਿ ਨਹੀਂ, ਜਾਂ ਮੰਨ ਲਓ ਜਾਂ ਜਿਵੇਂ ਬਾਹਰ ਉੱਧਰੋਂ ਬਾਈ ਲਿਆ ਕੇ ਇਹ ਮੰਨ ਲਓ ਆਪਦੇ ਜੱਜ ਕਰਨ, ਜਾਂ ਆਰਮੀ ਦੇ ਬਾਈ ਪੁਰਾਣੇ ਆ ਜਿਹੜੇ ਬੰਦੇ ਮੰਨ ਲਓ ਰਿਟਾਇਰ ਹੋਏ ਵੇ ਆ, ਉਹਨਾਂ ਤੋਂ ਜੱਜ ਕਰਵਾਉਣੀ ਚਾਹੀਦੀ ਆ। ਠੀਕ ਹੈ ਜੀ। ਹਾਂ ਸਹੀ ਮੈਨੇਜ ਤਾਂ ਬਾਈ ਇੱਥੇ ਆ ਕੇ ਗੱਲ ਨਿਬੜਦੀ ਆ ਵੀ ਜਿਹੜਾ ਮਾਲਕ ਨਾ ਦੇਖਿਆ ਜਾਵੇ, ਸਹੀ ਮੈਨੇਜ ਤਾਂ ਬਾਈ ਉਹ ਜਾਨਵਰ ਨਾਲ ਬਾਈ ਬੜਾ ਧੱਕਾ ਹੋ ਜਾਂਦਾ, ਕੋਈ ਲਾਗਾ ਦੇਗਾ ਨਾ ਹੋਵੇ। ਹਾਂ ਜਾਨਵਰ ਤਾਂ ਬਾਈ ਮੰਨ ਲਓ ਇੰਨਾ ਯਾਰ ਮਿਹਨਤ ਨਾਲ ਬਾਈ ਸ਼ੋਅ ਵਾਸਤੇ ਜਿਹੜੀ ਤਿਆਰੀ ਕਰਨੀ ਆ ਬਾਈ, ਹਾਂਜੀ ਹਾਂਜੀ, ਇਹ ਤਾਂ ਹੈ ਨਹੀਂ ਬਾਈ ਵੀ ਆਪਾਂ ਦਾਣੇ ਪਾਏ ਅਤੇ ਇੱਥੋਂ ਤੜਕੇ ਮੰਨ ਲਓ ਗੱਡੀ 'ਤੇ ਚੜਾਇਆ ਤਾਂ ਆਪਾਂ ਸ਼ੋਅ ਲੜ ਲਾਂਗੇ, ਇਹਦੇ ਵਾਸਤੇ ਤਾਂ ਬਾਈ ਦਿਨ ਪੋ ਰਾਤ ਆਪਾਂ ਨੂੰ ਮਿਹਨਤ ਬੜੀ ਕਰਨੀ ਪੈਂਦੀ ਹੈ, ਫਿਰ ਜਾ ਕੇ ਸ਼ੋਅ ਲੜਦੇ ਆ ਬਾਈ ਇਹ। ਪਰ ਜਦੋਂ ਕਿਤੇ ਉਹ ਜੀ ਕੋਈ ਗੱਲ ਹੋ ਜਾਂਦੀ ਹੈ ਕਿਸੇ ਵੀ ਕਿਸੇ ਮੰਨ ਲਓ ਕਿਸੇ ਜਾਨਵਰ ਨਾਲ ਵੀ, ਉਹ ਮੰਨ ਲਓ ਜਾਨਵਰ ਨਾਲ ਹੋ ਜਾਂਦੀ ਹੈ, ਬੜਾ ਔਖਾ ਬਾਈ ਬੰਦੇ ਨੂੰ ਹੁੰਦਾ ਵੀ ਯਾਰ ਵੀ ਇੰਨੀ ਮਿਹਨਤ ਕੀਤੀ ਆ ਜਾਨਵਰ ਨਾਲ, ਬੇਇਨਸਾਫੀ ਹੋ ਗਈ ਉਹ। ਹਾਂਜੀ ਹਾਂਜੀ ਹਾਂ, ਬਿਲਕੁਲ ਬਿਲਕੁਲ ਬਾਈ। ਪੁੱਲਰ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਘੋੜਾ ਫਿਲਮਾਉਣ ਦਾ ਮੌਕਾ ਦਿੱਤਾ, ਅਤੇ ਇਸੇ ਤਰ੍ਹਾਂ ਸਾਰੇ ਭਰਾਵਾਂ ਦਾ ਪਿਆਰ ਬਣਿਆ ਰਹੇ। ਹਾਂਜੀ ਹਾਂਜੀ, ਮਾਲਕ ਦੀ ਕਿਰਪਾ ਬਣੀ ਰਹੇ। ਹਾਂਜੀ ਹਾਂਜੀ ਵੀਰੇ, ਹੋਰ ਕੋਈ ਗੱਲਬਾਤ? ਬਸ ਹੋਰ ਬਸ ਠੀਕ ਹੈ ਜੀ ਬਾਈ, ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ।